ਆ ਗਏ ਤੁਸੀਂ ਆਓ ਜੀ ਆਓ ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਸ਼ੋਅ 'ਚ ਜਿਸਦਾ ਨਾਮ ਹੈ ਟਰਬਨ ਤੜਕਾ ਔਰ ਮੈਂ ਹੂੰ ਆਪਕਾ ਪਿਆਰਾ ਹੋਸਟ ਹਰਪਾਲ ਸਿੰਘ ਸੋਖੀ ਆਜ ਕੇ ਐਪੀਸੋਡ ਮੈਂ ਯਾਨੀ ਕਿ ਇਹ ਜੋ ਵੈਜੀਟੇਰੀਅਨ ਐਪੀਸੋਡ ਬਣ ਰਹਾ ਨਾ ਉਹ ਜੀ ਸਰਦੀਆਂ ਕਾ ਪੂਰਾ ਮਜ਼ਾ ਲੈ ਰਹੇ ਹਮ ਔਰ ਬਣਾ ਰਹਾ ਹੂੰ ਮੈਂ ਸੇਕੇ ਹੋਏ ਆਲੂ ਇਹ ਆਪਕੋ ਬਤਾ ਦੂੰ ਇਹ ਦੇਖੀਏ ਆਹ ਇਹ ਦੇਖੀਏ ਕਿਆ ਬਾਤ ਹੈ ਇਹ ਦੋ ਅਬ ਇਹ ਜੋ ਆਲੂ ਹੈ ਉਹ ਕੀ ਕਰਨਾ ਤੁਸੀਂ ਖਾਲੀ ਪ੍ਰੈਸ ਕਰਕੇ ਦੇਖ ਲਓ ਆਹ ਇਹ ਦੇਖੀਏ ਉਹ ਕਿਆ ਬਾਤ ਹੈ ਯਾਰ ਉਹ ਜੀ ਸਮੋਕ ਫਲੇਵਰ ਔਰ ਆਲੂ ਕਾ ਮਜ਼ਾ ਇੱਕਦਮ ਧੀਮੀ ਆਂਚ ਪੇ ਇਹ ਆਲੂ ਪਕਾਏ ਹੈ ਮੈਨੇ ਐਸੇ ਗੋਲ ਵਾਲੇ ਔਰ ਇਹ ਮੈਨੇ ਕਿਉਂ ਚੁਣੇ ਉਹ ਜੀ ਸਰਦੀਓ ਮੈਂ ਛੋਟੇ ਵਾਲੇ ਜੋ ਆਲੂ ਆਤੇ ਨੇ ਨਏ ਵਾਲੇ ਉਹ ਬੜੇ ਮਜ਼ੇਦਾਰ ਹੋਤੇ ਹੈ ਯਾਰ ਵਹੀ ਮੈਨੇ ਲੀਏ ਇਸ ਲਈ ਅਬ ਯਹਾਂ ਸੇ ਯੇ ਮੇਰੀ ਸਿਗੜੀ ਮੇ ਸੇ ਯੇ ਲੀਜੀਏ ਇੱਕ ਇੱਕ ਕਰਕੇ ਮੈਂ ਆਲੂ ਨਿਕਾਲਤਾ ਹੂੰ ਔਰ ਟੈਸਟ ਕਰ ਲੈਤਾ ਹੂੰ ਯਹਾਂ ਪੇ ਯੇ ਦੇਖੀਏ ਉਹ ਬਰਨਟ ਫਲੇਵਰ ਵੀ ਆਏਗਾ ਯੇ ਦੇਖੀਏ ਆਹ ਹਾ ਹਾ ਉਹ ਮਜ਼ਾ ਆ ਜਾਏਗਾ ਅਬ ਇਸਕੀ ਬਣਾਏਂਗੇ ਹਮ ਸਬਜ਼ੀ ਯੇ ਲੀਜੀਏ ਇੱਕ ਇੱਕ ਕਰਕੇ ਓ ਹੋ ਹੋ ਉਹ ਜੀ ਇਸੇ ਯੇ ਵੀ ਮੁਝੇ ਪਤਾ ਚੱਲ ਜਾ ਰਹਾ ਹੈ ਕਿ ਆਲੂ ਪੱਕੇ ਹੈ ਜਾਂ ਨਹੀਂ ਹੈ ਨਾ ਯੇ ਦੇਖੀਏ ਕਿਆ ਬਾਤ ਹੈ ਫਲੇਵਰ ਦੇਖੀਏ ਓ ਹੋ 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 ਯੇ ਦੇਖੀ ਕਿਆ ਬਾਤ ਹੈ ਓਹੋ ਯਾਰ ਸੇਕੇ ਹੋਏ ਆਲੂ ਇਨਕਾ ਤੋ ਮਜ਼ਾ ਆ ਗਿਆ ਇਹ ਤੋ ਮੇਰਾ ਮੈਰਾਥਨ ਕਰਾ ਰਹੇ ਯਹਾਂ ਸੇ ਯਹਾਂ ਇੱਕ ਇੱਕ ਸਿਗੜੀ ਮੇ ਸੇ ਮੈਂ ਨਿਕਾਲ ਰਹਾ ਹੂੰ ਆਲੂ ਯੇ ਲੀਜੀਏ ਆਹ ਹਾ ਹਾ ਕੁਛ ਆਲੂ ਹੋ ਸਕਤਾ ਹੈ ਨਾ ਪੱਕੇ ਹੋ ਯੇ ਦੇਖੀ ਜੋ ਨਾ ਪੱਕੇ ਹੂੰ ਉਹਨੇ ਪੱਕਨੇ ਦੇ ਉਹ ਮੈਂ ਇਸ ਲਈ ਇਹ ਕਰ ਰਹਾ ਹੂੰ ਕਿ ਪਹਿਲੇ ਛੋਟੇ ਵਾਲੇ ਆਲੂ ਜੋ ਹੈ ਨਾ ਉਨਕੋ ਨਿਕਾਲ ਕੇ ਪ੍ਰੈਸ ਕਰ ਲੂੰ ਜੋ ਬੜੇ ਵਾਲੇ ਆਲੂ ਹੈ ਉਹਨੇ ਬਾਅਦ ਮੈਂ ਨਿਕਾਲੇਂਗੇ ਆਲੂ ਉਹ ਤੋਂ ਪੱਕ ਗਏ ਜੀ ਅਬ ਉਨਕੋ ਥੋੜ੍ਹਾ ਸਾ ਫਿਨਿਸ਼ ਕਰਨਾ ਹੈ ਤਾਂ ਕਿ ਡਬਲ ਮਜ਼ਾ ਆ ਜਾਏ ਆਲੂ ਕੋ ਹਮਨੇ ਰੋਸਟ ਕੀਆ ਯਹਾਂ ਪੇ ਆਂਚ ਪੇ ਠੀਕ ਹੈ ਨਾ ਜੈਸੇ ਮੇਰੀ ਬੇਬੇ ਕਰਤੀ ਥੀ ਘੁਮਾਤੇ ਰਹਤੀ ਥੀ ਔਰ ਆਲੂ ਸੇਕ ਦੇਤੇ ਥੇ ਮਤਲਬ ਬੜੀਆ ਸੇਕੇ ਜਾਤੇ ਥੇ ਅਬ ਉਹ ਜੀ ਯਹਾਂ ਪੇ ਖੁਸ਼ੀ ਕੀ ਝਨਕਾਰ ਆਹ ਹਾ ਹਾ ਇਹ ਦੇਖੀਏ ਜ਼ਿਆਦਾ ਨਹੀਂ ਡਾਲੂੰਗਾ ਇਸ ਵਾਰ ਇੱਕ ਹੀ ਚਮਚ ਬੜੀਆ ਘੀ ਸਾਥ ਹੀ ਸਾਥ ਹੈ ਲੋ ਜੀ ਲਾਲ ਮਿਰਚ ਦੋ ਲਾਲ ਮਿਰਚ ਸੂਖੀ ਵਾਲੀ ਤੋੜ ਕੇ ਇਹ ਡਾਲ ਲਈ ਆਹ ਹਾ ਹਾ ਅਬ ਲਾਲ ਮਿਰਚ ਕੋ ਥੋੜ੍ਹਾ ਸਾ ਪਕਾਏਂਗੇ ਉਹ ਇਸ ਲਈ ਉਹ ਜੀ ਲਾਲ ਮਿਰਚ ਵੀ ਆਪ ਖਾ ਸਕਤੇ ਹੈ ਐਸੇ ਕੱਚੀ ਅਗਰ ਮੈਂ ਐਸੇ ਹੀ ਮਤਲਬ ਕਰ ਦਿਆ ਇਸੀ ਮੈਂ ਆਲੂ ਡਾਲ ਦਿਆ ਲਾਲ ਮਿਰਚ ਪੱਕੇਗੀ ਨਹੀਂ ਤੋ ਆਪ ਖਾ ਨਹੀਂ ਪਾਏਂਗੇ ਠੀਕ ਹੈ ਨਾ ਉਹ ਹਰ ਚੀਜ਼ ਕਾ ਜੀ ਮਜ਼ਾ ਲੈਣਾ ਚਾਹੀਏ ਅਬ ਇਸਕੇ ਸਾਥ ਹੀ ਸਾਥ ਡਾਲੇਂਗੇ ਜੀਰਾ ਉਹ ਜੀ ਪੂਰੀ ਫੀਲਿੰਗ ਕੇ ਸਾਥ ਡਾਲੇਂਗੇ ਇੱਕ ਛੋਟਾ ਚਮਚ ਜੀਰਾ ਹੈ ਲਓ ਜੀ ਓ ਹੋ 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 ਲਾਲ ਮਿਰਚ ਵੀ ਪੱਕ ਰਹੀ ਹੈ ਔਰ ਜੀਰਾ ਵੀ ਭੁੰਨ ਜਾ ਰਹਾ ਹੈ ਕਿਆ ਬਾਤ ਹੈ ਅਬ ਇਹ ਜੋ ਆਲੂ ਹੈ ਇਨਕੋ ਮੈਂ ਲੈ ਲੈਤਾ ਹੂੰ ਮੇਰੀ ਇਸ ਕੜਾਈ ਠੀਕ ਹੈ ਜੀ ਆਹ ਹਾ ਹਾ ਹੈ ਲਓ ਜੀ ਲੋ ਜੀ ਓ ਹੋ 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 ਯਾਰ ਸਕਿਨ ਕੇ ਸਾਥ ਹਮਨੇ ਪਕਾਇਆ ਥਾ ਔਰ ਉਸਕੇ ਬਾਅਦ ਥੋੜ੍ਹਾ ਸਾ ਮੈਸ਼ ਕੀਆ ਦੇਖੀਏ ਹੈ ਕਿਤਨੇ ਮਜ਼ੇਦਾਰ ਸਮੋਕਡ ਫਲੇਵਰ ਆ ਰਹਾ ਹੈ ਇਸਮੇ ਉਹ ਮਜ਼ਾ ਬਹੁਤ ਆ ਰਹਾ ਹੈ ਅਬ ਉਹ ਜੀ ਸਾਰੇ ਸੂਖੇ ਹੋਏ ਮਸਾਲੇ ਡਾਲ ਲੈਤੇ ਹੈ ਲੋ ਜੀ ਮਿਰਚਾਂ ਇੱਕ ਛੋਟੀ ਚਮਚ ਮਿਰਚ ਕਾ ਪਾਊਡਰ ਇੱਕ ਚੌਥਾਈ ਛੋਟਾ ਚਮਚ ਹਲਦੀ ਫਟਾਫਟ ਅਮਚੂਰ ਪਾਊਡਰ ਠੀਕ ਹੈ ਨਾ ਆਧਾ ਛੋਟਾ ਚਮਚ ਇਹ ਡਾਲ ਲਿਆ ਉਹ ਜੀ ਗਰਮ ਮਸਾਲਾ ਪੰਜਾਬੀ ਹੈ ਲਓ ਜੀ ਆਧਾ ਛੋਟਾ ਚਮਚ ਇਹ ਡਾਲ ਲਿਆ ਚਾਟ ਮਸਾਲਾ ਹੋ ਤੋ ਡਾਲ ਲੇ ਆਪਸ਼ਨਲ ਹੈ ਬਿਲਕੁਲ ਚਟਪਟਾ ਬਣਾਨੇ ਕੇ ਲੀਏ ਆਧਾ ਛੋਟਾ ਚਮਚ ਇਹ ਡਾਲ ਲਿਆ ਇਹ ਸਭੀ ਚੀਜ਼ਾਂ ਡਾਲਨੇ ਕੇ ਬਾਅਦ ਇਹ ਲੀਜੀਏ ਆਹ ਹਾ ਹਾ ਆਲੂ ਦੇਖੀਏ ਉਹ ਮਜ਼ੇਦਾਰ ਹੋ ਗਏ ਜੀ ਉਹ ਉਹ ਬੜੀ ਸਿੰਪਲ ਚੀਜ਼ ਹੈ ਹੱਥ ਵੀ ਸੇਕੇ ਗਏ ਆਲੂ ਵੀ ਫਟਾਫਟ ਪੱਕ ਗਏ ਅਬ ਫਾਈਨਲੀ ਆਧਾ ਨਿੰਬੂ ਬਸ ਆਧਾ ਨਿੰਬੂ ਇਹ ਲੋ ਜੀ ਮੇਰੇ ਟ੍ਰੈਡੀਸ਼ਨਲ ਵਾਲੀ ਇਹ ਆ ਹਾ 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 ਹੈ ਲੋ ਜੀ ਔਰ ਉਹ ਜੀ ਥੋੜ੍ਹੀ ਸੀ ਐਨਰਜੀ ਡਾਲ ਲੈਤੇ ਹੈ ਬਹੁਤ ਜ਼ਿਆਦਾ ਨਹੀਂ ਉਹ ਐਨਰਜੀ ਤਾਂ ਬਹੁਤ ਜ਼ਰੂਰੀ ਹੈ ਯਾਰ ਸਰਦੀਓ ਮੈਂ ਹੈ ਨਾ ਤੋ ਆ ਜਾਈਏ ਮੇਰੇ ਸਾਥ ਮਿਲ ਕੇ ਗਾਤੇ ਹੈ ਉਹ ਜੀ ਨਮਕ ਸ਼ਮਕ ਨਮਕ ਸ਼ਮਕ
डाल देते हैं नमक शमक, बस बिल्कुल ध्यान से डाले क्योंकि हमने खट्टी चीजें काफी डाली हैं। चाट मसाला डाला है, आमचूर डाला है, नींबू का रस डाला है, तो बिल्कुल ध्यान से। हेलो जी, ये बिल्कुल तैयार। ओहो ओ क्या बात है, इसको कर लिया बंद, हो गया जी तैयार। हाथ भी सेकेंगे और जी आलू भी सेकेंगे, वो सर्दियों का भी इलाज हो गया, बढ़िया खाने का भी इलाज हो गया, वो जी सभी चीजों का इलाज हमारे पास है यहाँ पे टर्मन तड़का में, क्योंकि आपके लिए मैं खास बनाता हूँ। ओहो हो बढ़िया चीजें, बिल्कुल सरल चीजें, ठीक है ना। अब सर्व करने के लिए ये लीजिए, ये मेरे पास बढ़िया सी एक डिश। आह ये देखिए, ओ क्या बात है यार, ये लीजिए सेके हुए आलू, वो भी चटपटे। कुछ ऐसे मिल जाए चीजें जो कि एकदम सिंपल हो, लेकिन बनेगी तो आएगा मजा। लेकिन उसके लिए क्या करना पड़ेगा, वो जी तुहानू एपिसोड का रिकैप देखना पाऊगा, तो ध्यान ना नोट करो इंग्रेडिएंट्स, है ना। दोनों काम बिल्कुल बढ़िया तरीके से करें, आप भी बिल्कुल ध्यान से नोट करें इंग्रेडिएंट्स, रिकैप देखें, फिर ही बन पाएगा ऐसा चटपटे सेके हुए आलू। सेके हुए आलू, सामग्री 20 से 25 छोटे आलू सेके हुए, एक बड़ा चम्मच घी, सफेद मक्खन ग्रीसिंग के लिए, दो सूखी लाल मिर्चें तोड़ी हुई, एक छोटा चम्मच जीरा, एक छोटा चम्मच लाल मिर्च पाउडर, एक चौथाई छोटा चम्मच हल्दी पाउडर, आधा छोटा चम्मच आमचूर पाउडर, आधा छोटा चम्मच पंजाबी गरम मसाला पाउडर, आधा छोटा चम्मच चाट मसाला, आधे नींबू का रस, नमक स्वाद अनुसार। इसे बनाने के लिए चूल्हे पर आलू सेंक लीजिए, बीच में थोड़ा सफेद मक्खन लगा लीजिए, आलू पकने पर चूल्हे से निकालकर हल्के से दबा लीजिए। एक नॉनस्टिक पैन में घी गरम कर लीजिए, इसमें सूखी लाल मिर्च डालकर भून लीजिए, जीरा डालकर खुशबू आने तक भून लीजिए, आलू छिलके समेत पैन में डाल दीजिए। अब इसमें लाल मिर्च पाउडर, हल्दी पाउडर, आमचूर पाउडर, पंजाबी गरम मसाला पाउडर, चाट मसाला डालकर टॉस कर लीजिए, नींबू का रस और नमक डालकर मिला लीजिए, सर्विंग बाउल में निकालकर गर्मा गर्म सर्व कीजिए।